ਬਟਾਲਾ ਪੁਲਿਸ ਵੱਲੋਂ 8 ਘੰਟਿਆਂ ਦੇ ਵਿੱਚ ਇੱਕ ਗੈਂਗਸਟਰ ਕਾਬੂ ਕਰ ਲਿਆ ਗਿਆ। ਬੀਤੇ ਦਿਨ ਤੋਂ ਹੀ ਪੁਲਿਸ ਇਸ ਨੂੰ ਟਰੇਸ ਕਰ ਰਹੀ ਸੀ। ਲਗਜ਼ਰੀ ਗੱਡੀ ਵਿੱਚ ਘੁੰਮਦਾ ਸੀ ਗੈਂਗਸਟਰ। ਅੱਜ ਸਵੇਰੇ ਹੀ ਪੁਲਿਸ ਵੱਲੋਂ ਇਸ ਨੂੰ ਕਾਬੂ ਕਰ ਲਿਆ ਗਿਆ। ਦੱਸਿਆ ਜਾ ਰਿਹਾ ਹੈ ਕਿ 4 ਘੰਟਿਆਂ ਦੀ ਭੱਜ ਦੌੜ ਮਗਰੋਂ ਖੇਤਾਂ ਵਿੱਚ ਗੱਡੀ ਰੋਕ ਕੇ ਜਦੋਂ ਗੈਂਗਸਟਰ ਭੱਜਿਆ ਤਾਂ ਫਿਰ ਉਸ ਵੱਲੋਂ ਪੁਲਿਸ ਤੇ ਗੋਲੀ ਚਲਾਈ ਗਈ, ਜਿਸ ਕਰਕੇ ਪੁਲਿਸ ਨੇ ਆਪਣੀ ਸੈਲਫ ਡਿਫੈਂਸ ਲਈ ਉਸ ਤੇ ਗੋਲੀ ਚਲਾਈ ਤੇ ਜਿਸ ਕਰਕੇ ਇੱਕ ਗੋਲੀ ਉਸ ਤੇ ਲੱਗ ਗਈ। ਬਾਕੀ ਪੁਲਿਸ ਵੱਲੋਂ ਕਿਹਾ ਗਿਆ ਹੈ ਕਿ ਬਾਕੀ ਜਾਣਕਾਰੀ ਪੁੱਛਗਿੱਛ ਤੋਂ ਬਾਅਦ ਦੀ ਜਾਵੇਗੀ। ਇੱਕ ਜੋ ਕੱਲ ਜੁਵੈਲਰ ਦੇ ਉੱਤੇ ਗੋਲੀ ਜੁਵੈਲਰ ਦੀ ਦੁਕਾਨ ਦੇ ਉੱਤੇ ਗੋਲੀ ਚਲੀ ਸੀਗੀ ਸ਼ਹਿਰ ਗੋਬਿੰਦਪੁਰ ਪੁਲਿਸ ਸਟੇਸ਼ਨ ਦੇ ਲਿਮਿਟ ਦੇ ਵਿੱਚ। ਬਟਾਲਾ ਪੁਲਿਸ ਵੱਲੋਂ ਬੰਦੇ ਨੂੰ ਆਈਡੈਂਟੀਫਾਈ ਕੀਤਾ ਗਿਆ ਸੀਗਾ, ਜੋ ਸ਼ਖਸ ਜਿਨ੍ਹਾਂ ਨੇ ਕਾਲ ਕੀਤੀ ਸੀ, ਇਹਨਾਂ ਨੂੰ ਫਰੋਤੀ ਦੀ ਮੰਗ ਕੀਤੀ ਸੀ। ਉਹਦੇ ਉਹਨਾਂ ਦੀ ਆਈਡੈਂਟੀਫਿਕੇਸ਼ਨ ਜੋ ਹੈਗਾ, ਇੱਕ ਮਲਕੀਤ ਨਾਮ ਦਾ ਵਿਅਕਤੀ ਹੈਗਾ, ਉਹ ਜੋ ਇੱਥੇ ਬਟਾਲੇ ਦੀ ਰਹਿਣ ਵਾਲਾ ਸੀਗਾ। ਅੱਜ ਸਵੇਰੇ 6 ਵਜੇ ਤੋਂ ਸਾਡਾ ਟੀਮ ਜੋ ਇਹਦੇ ਪਿੱਛੇ ਲੱਗੇ ਸੀਗੇ, ਲੇਕਿਨ ਇਹਨਾਂ ਦੀ ਜੋ ਹਾਈ ਐਂਡ ਗੱਡੀ ਜੋ ਮਰਸੀਡੀਜ਼ ਹੋਣ ਕਾਰਨ ਜੋ ਹੈਗਾ, ਇਹਨਾਂ ਨੇ ਆਲਮੋਸਟ ਬਹੁਤ ਹੀ ਸਪੀਡ ਦੇ ਵਿੱਚ 160-170 ਦੀ ਸਪੀਡ 'ਤੇ ਹੋ ਗਿਆ। ਤਾਂ ਫਿਰ ਉਹ 2 ਘੰਟੇ ਦੀ ਸਾਡੀ ਆਲਮੋਸਟ ਹੌਟ ਚੇਸ ਚੱਲਦੀ ਰਹੀ, ਲੇਕਿਨ ਫਾਈਨਲੀ ਇੱਥੇ ਆ ਕੇ ਜੋ ਪੈਲੀ 'ਚ ਆ ਕੇ ਜਦੋਂ ਡੈਡ ਐਂਡ ਆ ਗਿਆ, ਉਹ ਅੱਗੇ ਜਾ ਨਹੀਂ ਪਾਇਆ। ਤਾਂ ਫਿਰ ਇਹਨੇ ਪੁਲਿਸ 'ਤੇ ਉੱਥੇ ਫਾਇਰ ਕੀਤੀ, ਕਿਉਂਕਿ ਫਾਈਨਲੀ ਲਾਸਟ ਰਿਜ਼ੋਰਟ ਦੇ ਤੌਰ 'ਤੇ। ਫਿਰ ਪੁਲਿਸ ਵੱਲੋਂ ਵੀ ਇਹਦੇ ਵਿੱਚ ਗੋਲੀ ਚਲਾਈ ਗਈ, ਤਾਂ ਫਿਰ ਗੱਡੀ ਦਾ ਇੱਥੇ ਨੁਕਸਾਨ ਹੋਈ ਹੈਗੀ। ਇਹਨੇ ਭੱਜ ਕੇ ਆਪਣੀ ਜਾਨ ਦਾ ਇਹ ਬਚਾਉਣ ਦਾ ਜਾਂ ਪੁਲਿਸ ਦੇ ਉੱਤੇ ਨੁਕਸਾਨ ਕਰਨ ਦਾ ਇਹਨਾਂ ਨੇ ਕੋਸ਼ਿਸ਼ ਕੀਤਾ, ਕਿਉਂਕਿ ਮੀਂਹ ਪੈ ਗਏ ਸੀਗੇ, ਤਾਂ ਫਿਰ ਜਾ ਕੇ ਅੱਗੇ ਇਹਨੇ ਡਿੱਗ ਪਿਆ, ਤਾਂ ਫਿਰ ਇੱਥੇ ਅੱਗੇ ਇਹਨਾਂ ਨੇ ਗੋਲੀ ਵੀ ਚਲਾਤੀ ਪੁਲਿਸ ਦੇ ਉੱਤੇ। ਕ੍ਰੋਸ ਫਾਇਰ ਦੇ ਵਿੱਚ ਪੁਲਿਸ ਵੱਲੋਂ ਵੀ ਜਦੋਂ ਗੋਲੀ ਚਲਾਈ ਗਈ, ਤਾਂ ਫਿਰ ਇਹਨਾਂ ਦੇ ਲੱਤਾਂ 'ਚ ਜੋ ਹੈਗਾ ਉਹ ਗੋਲੀ ਲੱਗੀ ਹੋਈ ਹੈ। ਹਾਂਜੀ, ਇਹਦੇ 'ਤੇ ਟੋਟਲ 4 ਪਰਚੇ ਹੈਗੇ, ਉਹਦੇ ਵਿੱਚ 3 ਪਰਚੇ ਜੋ ਹੈਗਾ ਉਹ ਐਕਸਟੋਰਸ਼ਨ ਦੀ ਹੈਗੀ। ਪਿਛਲੇ ਸਾਲ ਇਹਨਾਂ ਨੂੰ ਫੜੇ ਗਏ ਸੀਗੇ ਔਰ ਇਹਨਾਂ ਨੂੰ ਜੇਲ੍ਹ ਵੀ ਭੇਜਿਆ ਗਿਆ ਸੀ। ਮੈਂ ਸ਼ਹਿਰ ਤੋਂ ਆ ਰਿਹਾ ਸੀ ਸਰ, ਅਤੇ 2 ਗੱਡੀਆਂ ਸੀ ਅੱਗੇ, ਇੱਕ ਮਰਸੀਡੀਜ਼ ਗੱਡੀ ਸੀ, ਪਿੱਛੇ ਇੱਕ ਸਵਿਫਟ ਸੀ, ਅਤੇ ਉਹਨਾਂ ਵੱਲੋਂ ਮਤਲਬ ਕਿ ਫਾਇਰਿੰਗ ਕੀਤੀ ਗਈ ਉਹ ਗੱਡੀ 'ਤੇ, ਬਹੁਤ ਸਪੀਡ 'ਚ ਸੀ, ਅਤੇ ਮੇਰੇ ਮੋਟਰਸਾਈਕਲ ਦੇ ਵਿੱਚ ਉਹ ਗੱਡੀ ਵੱਜ ਚਲੀ ਸੀ, ਅਤੇ ਜਿਸ ਨਾਲ ਮੈਂ ਮੋਟਰਸਾਈਕਲ ਸੁੱਟ ਲਿਆ ਸਾਈਡ ਨੂੰ ਡਿੱਗ ਪਿਆ, ਅਤੇ ਉਦੋਂ ਬਾਅਦ ਇਹ ਸਾਡੇ ਪਿੰਡ ਵੱਲ ਨੂੰ ਆ ਗਏ ਨੇ ਇੱਧਰ, ਅਤੇ ਉਦੋਂ ਬਾਅਦ ਅਸੀਂ ਜਦੋਂ ਇੱਥੇ ਮੌਕੇ 'ਤੇ ਪਹੁੰਚੇ ਹਾਂ, ਅਤੇ ਇੱਥੇ ਕਾਫੀ ਪੁਲਿਸ ਅਤੇ ਕਾਫੀ ਲੋਕ ਜਿਹੜੇ ਇਕੱਠੇ ਹੋਏ ਸੀ, ਅਤੇ ਉਦੋਂ ਬਾਅਦ ਅੱਗੇ ਦੀ ਕਾਰਵਾਈ ਜਿਹੜੀ ਹੁਣ ਪੁਲਿਸ ਵਾਲਿਆਂ ਨੂੰ ਪਤਾ।